ਦਿਨੋ ਦਿਨ ਵੱਧ ਰਹੀਆਂ ਲੁੱਟਾਂ ਖੋਹਾਂ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ। ਹਰ ਰੋਜ਼ ਕਿਸੇ ਨਾ ਕਿਸੇ ਥਾਂ 'ਤੇ ਚੋਰੀ ਜਾਂ ਲੁੱਟ ਖੋਹ ਦੀਆਂ ਵਾਰਦਾਤਾਂ ਦੇਖਣ ਨੂੰ ਮਿਲ ਰਹੀਆਂ ਨੇ। ਤਾਜ਼ਾ ਮਾਮਲਾ ਸਾਹਮਣੇ ਆਇਆ ਏ ਮੁਕੇਰੀਆਂ ਤੋਂ, ਜਿੱਥੇ ਕਿ ਲੁਟੇਰਿਆਂ ਵੱਲੋਂ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਏ ਅਤੇ ਹਥਿਆਰਾਂ ਦੀ ਨੋਕ 'ਤੇ ਸੁਨਿਆਰੇ ਦੀ ਦੁਕਾਨ ਵਿੱਚ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਕੇ ਲੁਟੇਰੇ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਨੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸੁਨਿਆਰੇ ਦੀ ਦੁਕਾਨ ਮਕੇਰੀਆ ਪੁਲਿਸ ਥਾਣੇ ਤੋਂ ਮਹਿਜ਼ 300 ਮੀਟਰ ਦੀ ਦੂਰੀ 'ਤੇ ਆ, ਪਰ ਲੁਟੇਰਿਆਂ ਦੇ ਵੱਲੋਂ ਬੜੇ ਆਰਾਮ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਰਫੂ ਚੱਕਰ ਹੋ ਗਏ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋ ਗਈ ਹੈ। ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਕੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਆ। ਤਾਂ ਇਸ ਘਟਨਾ ਤੋਂ ਬਾਅਦ ਹਰ ਕੋਈ ਇਹ ਕਹਿੰਦਾ ਦਿਖਾਈ ਦੇ ਰਿਹਾ ਕਿ ਜੇਕਰ ਪੁਲਿਸ ਥਾਣੇ ਦੇ ਕੋਲ ਹੀ ਲੋਕ ਸੁਰੱਖਿਅਤ ਨਹੀਂ ਤਾਂ ਹੋਰ ਦੁਕਾਨਦਾਰ ਕਿਵੇਂ ਸੁਰੱਖਿਅਤ ਰਹਿ ਸਕਦੇ ਨੇ। ਇਸ ਘਟਨਾ ਤੋਂ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਨੇ। ਤਾਂ ਇਸ ਮੌਕੇ ਜੋ ਜਿਨ੍ਹਾਂ ਦੀ ਦੁਕਾਨ 'ਤੇ ਚੋਰੀ ਹੋਈ ਹੈ ਜਾਂ ਪੁਲਿਸ ਦਾ ਇਸ ਸੰਬੰਧੀ ਕੀ ਕਹਿਣਾ, ਕਿਉਂਕਿ ਦੱਸਿਆ ਜਾ ਰਿਹਾ ਕਿ ਪੁਲਿਸ ਥਾਣਾ ਬਿਲਕੁਲ ਨਜ਼ਦੀਕ ਸੀ ਤਾਂ ਉਸ ਦੇ ਬਾਵਜੂਦ ਵੀ ਇੱਥੇ ਚੋਰੀ ਦੀ ਐਡੀ ਵੱਡੀ ਘਟਨਾ ਵਾਪਰੀ ਹੈ, ਤਾਂ ਕੀ ਕਹਿਣਾ ਹੈ, ਆਓ ਜਾਣਦੇ ਹਾਂ। ਮੇਰਾ ਨਾਮ ਅਤਿਨ ਜੋੜਾ ਜੀ, ਥਾਣੇ ਰੋਡ 'ਤੇ ਮੇਰੀ ਦੁਕਾਨ ਹੈ ਜੋੜਾ ਆਰਨਾਮੈਂਟਸ ਦਾ। ਮੈਂ ਆਪਣੀ ਦੁਕਾਨ 'ਤੇ ਬਿੱਲ ਬਣਾਉਂਦਾ ਪਿਆ ਸੀ, ਸਡਨਲੀ 3 ਬੰਦੇ ਆਏ ਗਨ ਪੁਆਇੰਟ 'ਤੇ ਆ ਕੇ, ਮੇਰਾ ਉਹਨਾਂ ਨੇ ਗੱਲਾਂ ਗੁੱਲਾਂ ਦੋਨੋਂ ਪੇਟੀ ਬੂਟੀ ਫਰੋਲੀ ਹੈ। ਗਨ ਪੁਆਇੰਟ 'ਤੇ ਮੈਨੂੰ ਪੁੱਛਿਆ ਕੈਮਰੇ ਵਗੈਰਾ ਮੇਰੇ ਕਿੱਥੇ, ਡੀਵੀਆਰ ਵਗੈਰਾ ਕਿੱਥੇ, ਉਹ ਕਢਾਇਆ ਉਹਨਾਂ ਨੇ ਦੌੜੇ ਦਾ। ਗੱਲ ਕਰੀ ਨੁਕਸਾਨ ਦੀ, ਤੇ ਕਿੰਨਾ ਕੁ ਨੁਕਸਾਨ ਹੈ ਗਿਆ? ਸਰ ਨੁਕਸਾਨ ਦਾ ਅੰਦਾਜ਼ਾ ਇਹ ਨਹੀਂ ਲਾਇਆ ਜਾ ਸਕਦਾ, ਦੇਖ ਕੇ ਪਤਾ ਲੱਗਿਆ। ਕੈਸ਼ ਥੋੜ੍ਹਾ ਬਹੁਤਾ ਕੈਸ਼ ਸੀਗਾ, ਥੋੜ੍ਹਾ ਬਹੁਤਾ ਸਮਾਨ ਸੀਗਾ, ਉਹਨਾਂ ਦਾ ਅੰਦਾਜ਼ਾ ਦੇਖ ਕੇ ਹੀ ਲਾਇਆ ਜਾ ਸਕਦਾ, ਇੱਦਾਂ ਨਹੀਂ ਪਤਾ ਲੱਗਿਆ। ਕੈਸ਼ ਲਗਭਗ ਕਿੰਨਾ ਕਹਿ ਸਕਦੇ? ਕੋਈ ਅੰਦਾਜ਼ਾ ਨਹੀਂ ਸ਼ਾਹੀ, ਸੁਨਿਆਰਿਆਂ ਗੱਲ ਨੇ ਤੁਹਾਨੂੰ ਪਤਾ ਪਿਆ ਹੁੰਦਾ ਵਾ, ਕੋਈ ਹਿਸਾਬ ਤਾਂ ਹੁੰਦਾ ਨਹੀਂ ਰਬੜ ਅਤੇ ਬੰਨੀ ਦੀ। ਇਹ ਹੈ ਕਿ ਅੰਦਾਜ਼ਾ ਹੁਣ ਲਾ ਕੇ ਕਿਹਦੀ ਕਿਹਦੀ ਕੀ ਕੀ ਪੇਮੈਂਟ ਆਈ ਸੀ ਉਸ ਹਿਸਾਬ ਨੇ ਪਤਾ। ਕੀ ਅੱਜ ਹੋਇਆ ਜਿਹੜਾ ਮਾਮਲਾ ਦੁਕਾਨ ਦੀ ਲੁੱਟ? ਸਾਨੂੰ 8:40 ਦੇ ਫੋਨ ਆਇਆ ਸੀਗਾ, ਇੱਦਾਂ ਕਰਕੇ ਠੰਡ ਦੇ ਵਾਲੇ ਪਾਸੇ ਜਿਹੜੀ ਮੁੜਦੇ ਮੋੜ ਬੱਸ ਸਟੈਂਡ ਦੇ ਸਾਹਮਣੇ ਖੋਹ ਹੋ ਗਈ ਹੈ ਗਨ ਪੁਆਇੰਟ 'ਤੇ। ਮੌਕੇ ਦੇਖਿਆ ਜਾ ਕੇ ਉਹਦੀ ਅਤਿਲ ਕੁਮਾਰ ਸੀ ਦੁਕਾਨ ਦਾ ਮਾਲਕ, ਉਹਨੇ ਦੱਸਿਆ ਵੀ ਮੇਰੀ ਚੈਨ ਹੀ ਖੋਹ ਕੇ ਲੈ, ਤੈਨੂੰ ਉਹਨੇ ਮੋਟਰਸਾਈਕਲ 'ਤੇ ਆਇਆ ਸੀ ਸਪਲੈਂਡਰ 'ਤੇ, ਮੈਨੂੰ ਲੈ ਕੇ ਗਨ ਪੁਆਇੰਟ 'ਤੇ ਮੇਰੀ ਚੈਨ ਹੀ ਡਾਹ ਰਹੀ, ਮੇਰੀ ਡਰਾਈਵਰ ਦੀ ਮੁੰਦਰੀਆਂ ਸੀ, 2.5 ਲੱਖ ਦਾ ਕੈਸ਼ ਸੀ, ਬਾਕੀ ਹੋਰ ਸਮਾਨ ਸੀ ਅਤੇ ਨਾਲੇ ਟੀ ਵੀ ਵਗੈਰਾ ਨਾਲ ਲਾ ਕੇ ਲੈ। ਬਾਕੀ ਕੇਸ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ, ਜਲਦੀ ਦੋਸ਼ੀ ਫੜੇ ਜਾਣਗੇ। ਠੀਕ ਹੈ, ਅਤੇ ਕਿੱਧਰ ਨੂੰ ਕੀ ਹਾਂ, ਉਹਨਾਂ ਕੋਈ ਪਹਿਚਾਣ ਹੋਈ ਜਿੱਦਾਂ ਆਪਣੇ ਸ਼ਹਿਰ 'ਚ ਸੀ ਟੀ ਕੈਮਰੇ ਲੱਗੇ ਆ ਕੁਛ ਇੱਦਾਂ ਕੁਛ ਮਾੜੇ ਸਕੂਲ ਲਿਆ? ਨਹੀਂ, ਕਰ ਰਹੇ ਕੈਮਰੇ ਖੰਗਾਲ ਰਹੇ ਹਾਂ ਅਸੀਂ, ਡੱਬ ਲਾ ਜਲਦੀ ਡੱਬੇਗਾ। ਓਕੇ ਜੀ, ਤਿੰਨ ਜਣੇ ਸੀ, ਤਿੰਨ ਜਣੇ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਦੱਸਦੇ, ਤਿੰਨ ਜਣੇ ਸੀਗੇ। ਠੀਕ ਹੈ। ਦਿਨੋ ਦਿਨ ਵੱਧ ਰਹੀਆਂ ਲੁੱਟਾਂ ਖੋਹਾਂ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ। ਹਰ ਰੋਜ਼ ਕਿਸੇ ਨਾ ਕਿਸੇ ਥਾਂ 'ਤੇ ਚੋਰੀ ਜਾਂ ਲੁੱਟ ਖੋਹ ਦੀਆਂ ਵਾਰਦਾਤਾਂ ਦੇਖਣ ਨੂੰ ਮਿਲ ਰਹੀਆਂ ਨੇ। ਤਾਜ਼ਾ ਮਾਮਲਾ ਸਾਹਮਣੇ ਆਇਆ ਏ ਮੁਕੇਰੀਆਂ ਤੋਂ, ਜਿੱਥੇ ਕਿ ਲੁਟੇਰਿਆਂ ਵੱਲੋਂ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਏ ਅਤੇ ਹਥਿਆਰਾਂ ਦੀ ਨੋਕ 'ਤੇ ਸੁਨਿਆਰੇ ਦੀ ਦੁਕਾਨ ਵਿੱਚ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਕੇ ਲੁਟੇਰੇ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਨੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸੁਨਿਆਰੇ ਦੀ ਦੁਕਾਨ ਮਕੇਰੀਆ ਪੁਲਿਸ ਥਾਣੇ ਤੋਂ ਮਹਿਜ਼ 300 ਮੀਟਰ ਦੀ ਦੂਰੀ 'ਤੇ ਆ, ਪਰ ਲੁਟੇਰਿਆਂ ਦੇ ਵੱਲੋਂ ਬੜੇ ਆਰਾਮ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਰਫੂ ਚੱਕਰ ਹੋ ਗਏ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋ ਗਈ ਹੈ। ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਕੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਆ। ਤਾਂ ਇਸ ਘਟਨਾ ਤੋਂ ਬਾਅਦ ਹਰ ਕੋਈ ਇਹ ਕਹਿੰਦਾ ਦਿਖਾਈ ਦੇ ਰਿਹਾ ਕਿ ਜੇਕਰ ਪੁਲਿਸ ਥਾਣੇ ਦੇ ਕੋਲ ਹੀ ਲੋਕ ਸੁਰੱਖਿਅਤ ਨਹੀਂ ਤਾਂ ਹੋਰ ਦੁਕਾਨਦਾਰ ਕਿਵੇਂ ਸੁਰੱਖਿਅਤ ਰਹਿ ਸਕਦੇ ਨੇ। ਇਸ ਘਟਨਾ ਤੋਂ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਨਜ਼ਰ ਆ ਰਹੇ
ਰਹੇ ਨੇ। ਤਾਂ ਇਸ ਮੌਕੇ ਜੋ ਜਿਨ੍ਹਾਂ ਦੀ ਦੁਕਾਨ 'ਤੇ ਚੋਰੀ ਹੋਈ ਹੈ ਤਾਂ ਪੁਲਿਸ ਦਾ ਇਸ ਸੰਬੰਧੀ ਕੀ ਕਹਿਣਾ, ਕਿਉਂਕਿ ਦੱਸਿਆ ਜਾ ਰਿਹਾ ਕਿ ਪੁਲਿਸ ਥਾਣਾ ਬਿਲਕੁਲ ਨਜ਼ਦੀਕ ਸੀ ਤਾਂ ਉਸਦੇ ਬਾਵਜੂਦ ਵੀ ਇੱਥੇ ਚੋਰੀ ਦੀ ਐਡੀ ਵੱਡੀ ਘਟਨਾ ਵਾਪਰੀ ਹੈ, ਤਾਂ ਕੀ ਕਹਿਣਾ ਹੈ, ਆਓ ਜਾਣਦੇ ਹਾਂ।